ਜੇਕਰ ਤੁਸੀਂ ਵੀ ਚੰਡੀਗੜ੍ਹ ਜਾਂਦੇ ਹੋ ਤਾਂ ਤੁਹਾਡੇ ਵੀ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਲੱਗੇ CCTV ਕੈਮਰਿਆਂ ਦੇ ਨਾਲ ਚਲਾਨ ਨਹੀਂ ਹੁੰਦਾ, ਤਾਂ ਇਹ ਤੁਹਾਡਾ ਸਭ ਤੋਂ ਵੱਡਾ ਵਹਿਮ ਹੈ। ਦੱਸ ਦਈਏ ਕਿ ਅੱਜ ਅਸੀਂ ਇਹ ਵਹਿਮ ਕੱਢਾਂਗੇ, ਕਿਉਂਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਦੇ ਦਿਨਾਂ ਦਿਨ CCTV ਦੇ ਨਾਲ ਚਲਾਨ ਕੱਟੇ ਗਏ ਨੇ। ਦੱਸ ਦਈਏ ਕਿ ਚੰਡੀਗੜ੍ਹ ਆਉਣ ਵਾਲੇ ਇਹ ਖਬਰ ਜ਼ਰੂਰ ਦੇਖ ਲੈਣ, ਤਾਂ CCTV ਜੋ ਨੇ ਉਹ ਲਗਾਤਾਰ ਵਹੀਕਲਾਂ ਦੇ ਚਲਾਨ ਕੱਟਦੇ ਨਜ਼ਰ ਆ ਰਹੇ ਨੇ। ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਅੰਕੜਿਆਂ ਦੇ ਮੁਤਾਬਿਕ 6 ਮਹੀਨਿਆਂ ਦੇ ਵਿੱਚ ਕੈਮਰਿਆਂ ਦੇ ਨਾਲ 4,21,000 ਚਲਾਨ ਕੀਤੇ ਗਏ ਨੇ, ਜਿਸ ਦੇ ਵਿੱਚ ਸਭ ਤੋਂ ਵੱਧ ਰੈੱਡ ਲਾਈਟ ਜੰਪ ਕਰਨ ਦੇ ਚਲਾਨ ਸਭ ਤੋਂ ਜ਼ਿਆਦਾ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ 1500 ਤੋਂ ਜ਼ਿਆਦਾ ਚਲਾਨ ਹੋਏ ਨੇ ਰੈੱਡ ਲਾਈਟ ਜੰਪ ਦੇ, ਅਤੇ ਇਸ ਦੇ ਨਾਲ ਹੀ ਵਾਇਓਲੇਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2,69,487 ਚਲਾਨ ਪਿਛਲੇ 6 ਮਹੀਨਿਆਂ ਦੇ ਵਿੱਚ ਹੁਣ ਤੱਕ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੱਟੇ ਗਏ ਨੇ। ਇਹ ਸਾਰੇ ਹੀ ਚਲਾਨ ਤੁਹਾਨੂੰ ਦੱਸ ਦਈਏ ਕਿ CCTV ਕੈਮਰਿਆਂ ਦੇ ਥਰੂ ਹੀ ਕੱਟੇ ਗਏ ਨੇ, ਅਤੇ ਇਸ ਦੇ ਨਾਲ ਹੀ ਓਵਰ ਸਪੀਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ 80,897 ਚਲਾਨ ਕੱਟੇ ਗਏ ਨੇ, ਅਤੇ ਰੋਜ਼ਾਨਾ ਓਵਰ ਸਪੀਡ ਦੇ 400 ਤੋਂ ਵੱਧ ਚਲਾਨ ਰੋਜ਼ ਦੇ ਕੱਟੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਇਹ ਅੰਕੜੇ ਜੋ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਨੇ, ਪਿਛਲੇ 6 ਮਹੀਨਿਆਂ ਦੇ ਇਹ ਅੰਕੜੇ ਦੱਸੇ ਜਾ ਰਹੇ ਨੇ। ਅਤੇ ਇਸ ਦੇ ਨਾਲ ਹੀ ਜੈਬਰਾ ਕਰੋਸਿੰਗ ਦੀ ਜੇਕਰ ਗੱਲ ਕੀਤੀ ਜਾਵੇ, ਜਦੋਂ ਆਪਾਂ ਲਾਈਟਾਂ 'ਤੇ ਖੜ੍ਹੇ ਹੁੰਦੇ ਹਾਂ, ਜੈਬਰਾ ਕਰੋਸਿੰਗ ਨੂੰ ਜਦੋਂ ਕਰੋਸ ਕਰ ਜਾਂਦੇ ਹਾਂ, ਚਾਹੇ ਲਾਈਟਾਂ ਨਾ ਵੀ ਕਰੋਸ ਕਰੀਏ, ਤਾਂ ਉਸਦੇ ਵੀ 60,006 ਚਲਾਨ ਕੀਤੇ ਗਏ ਨੇ, ਅਤੇ ਬਿਨਾਂ ਹੈਲਮਟ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ 11,446 ਚਲਾਨ ਬਿਨਾਂ ਹੈਲਮਟ ਤੋਂ ਕੀਤੇ ਗਏ ਨੇ। ਅਤੇ ਇਸ ਦੇ ਨਾਲ ਹੀ 34 ਹਾਦਸੇ ਹੁਣ ਤੱਕ ਚੰਡੀਗੜ੍ਹ ਦੇ ਵਿੱਚ ਹੋਏ ਨੇ, ਜਿਸ ਦੇ ਵਿੱਚ 36 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ। ਤਾਂ ਚੰਡੀਗੜ੍ਹ ਆਉਣ ਵਾਲੇ ਇਹ ਖਬਰ ਜ਼ਰੂਰ ਦੇਖ ਲੈਣ, ਕਿਉਂਕਿ CCTV ਜੋ ਨੇ ਲਗਾਤਾਰ ਅਲਰਟ ਮੋਡ ਦੇ ਉੱਤੇ ਨੇ, ਅਤੇ ਲਗਾਤਾਰ ਉਹਨਾਂ ਦੇ ਵੱਲੋਂ ਚਲਾਨ ਜੋ ਨੇ ਕੱਟੇ ਜਾ ਰਹੇ ਨੇ। ਕਈ ਲੋਕਾਂ ਨੂੰ ਔਨਲਾਈਨ ਚਲਾਨ ਭੇਜੇ ਜਾ ਰਹੇ ਨੇ, ਅਤੇ ਕਈ ਥਾਵਾਂ ਦੇ ਉੱਤੇ ਦੇਖਿਆ ਜਾਂਦਾ ਕਿ ਪੁਲਿਸ ਮੁਲਾਜ਼ਮ ਖੁਦ ਮੌਕੇ ਦੇ ਉੱਤੇ ਹੀ ਖੜ੍ਹ ਕੇ ਚਲਾਨ ਕੱਟਦੇ ਨਜ਼ਰ ਆਉਂਦੇ ਨੇ। ਤਾਂ ਸਭ ਤੋਂ ਵੱਧ ਚਲਾਨ ਜੇਕਰ ਗੱਲ ਕੀਤੀ ਜਾਵੇ ਤਾਂ ਰੈੱਡ ਲਾਈਟ ਜੰਪ ਦੇ, ਓਵਰ ਸਪੀਡ ਦੇ, ਅਤੇ ਇਸ ਦੇ ਨਾਲ ਹੀ ਵਾਇਓਲੇਸ਼ਨ ਦੇ। ਤਾਂ ਵਾਇਓਲੇਸ਼ਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਈ ਵਾਰ ਗੱਡੀ ਦੇ ਵਿੱਚ ਉੱਚੀ ਉੱਚੀ ਗਾਣੇ ਲੱਗੇ ਹੁੰਦੇ ਨੇ, ਜਾਂ ਫਿਰ ਕੋਈ ਸ਼ੋਰ ਸ਼ਰਾਬਾ ਸੜਕਾਂ ਦੇ ਉੱਤੇ ਕੀਤਾ ਜਾਂਦਾ ਗੱਡੀ ਦੇ ਵਿੱਚੋਂ, ਤਾਂ ਉਸ ਨੂੰ ਲੈ ਕੇ ਵਾਇਓਲੇਸ਼ਨ ਦੇ ਚਲਾਨ ਲਗਾਤਾਰ ਪੁਲਿਸ ਦੇ ਵੱਲੋਂ ਕੱਟੇ ਗਏ ਨੇ। ਅਤੇ ਹੁਣ ਤੱਕ 2,69,487 ਚਲਾਨ ਵਾਇਓਲੇਸ਼ਨ ਦੇ ਕੱਟੇ ਗਏ ਨੇ, ਅਤੇ ਓਵਰ ਸਪੀਡ ਦੇ 80,897 ਚਲਾਨ ਕੱਟੇ ਗਏ ਨੇ। ਰੋਜ਼ਾਨਾ ਹੀ ਓਵਰ ਸਪੀਡ ਦੇ ਜੇਕਰ ਗੱਲ ਕੀਤੀ ਜਾਵੇ ਤਾਂ 400 ਤੋਂ ਵੱਧ ਚਲਾਨ ਕੀਤੇ ਜਾ ਰਹੇ ਨੇ, ਅਤੇ ਇਸ ਦੇ ਨਾਲ ਹੀ ਬਿਨਾਂ ਹੈਲਮਟ ਤੋਂ 11,446 ਚਲਾਨ, ਅਤੇ ਰੈੱਡ ਲਾਈਟ ਜੰਪ ਕਰਨ ਦੇ ਵੀ 1500 ਚਲਾਨ ਹੁਣ ਤੱਕ ਕੀਤੇ ਜਾ ਚੁੱਕੇ ਨੇ।